ਦਰਸ਼ਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਇਸ ਪ੍ਰੋਗਰਾਮ ਵਿੱਚ ਕੀਤੇ ਗਏ ਦਾਅਵਿਆਂ ਦੀ ਪ੍ਰਮਾਣਿਕਤਾ ਦੀ ਜਾਂਚ ਕਰ ਲੈਣ। ਸਤਿ ਸ਼੍ਰੀ ਅਕਾਲ ਜੀ, ਸਵਾਗਤ ਕਰਦੇ ਸਾਰੇ ਦਰਸ਼ਕਾਂ ਦਾ ਇੱਕ ਵਾਰ ਫਿਰ ਤੋਂ ਆਪਣੇ ਸ਼ੋਅ ਦੇ ਵਿੱਚ, ਔਰ ਹਰ ਵਾਰ ਦੀ ਤਰ੍ਹਾਂ ਇੱਕ ਵਾਰ ਫਿਰ ਤੋਂ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਹਾਜ਼ਰ ਨੇ ਓਮ ਗਲੋਬਲ ਤੋਂ। ਸੋ ਨੰਬਰ ਓਮ ਗਲੋਬਲ ਦਾ ਤੁਸੀਂ ਜਾਣਦੇ ਹੋ, 9211961 9216 1 9216 1 9216 7। ਸੋ ਬਹੁਤ ਵੱਡੇ ਪੱਧਰ 'ਤੇ ਪੰਜਾਬ ਦੇ ਵੱਖ ਵੱਖ ਸ਼ਹਿਰਾਂ ਦੇ ਵਿੱਚ ਸੈਮੀਨਾਰ ਕੰਡਕਟ ਕੀਤੇ ਜਾ ਰਹੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ। ਉਹ ਹਰ ਇੱਕ ਬੱਚਾ ਜਿਹੜਾ ਵਿਦੇਸ਼ ਜਾਣਾ ਚਾਹੁੰਦਾ ਹੈ, ਚਾਹੇ ਕਨੇਡਾ, ਚਾਹੇ UK, ਚਾਹੇ ਆਸਟ੍ਰੇਲੀਆ, ਕਿਸੇ ਵੀ ਮੁਲਕ ਵਿੱਚ ਤੁਸੀਂ ਪੜ੍ਹਾਈ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ, ਤਾਂ ਇੱਕ ਛੱਤ ਥੱਲੇ ਹੀ ਤੁਹਾਨੂੰ ਹਰ ਇੱਕ ਮੁਲਕ ਦੇ ਵੀਜ਼ੇ ਸੰਬੰਧੀ ਜਿਹੜੀ ਉਹ ਜਾਣਕਾਰੀ ਦਿੱਤੀ ਜਾਵੇਗੀ। ਖਾਸ ਤੌਰ 'ਤੇ ਆਸਟ੍ਰੇਲੀਆ ਤੋਂ ਮਾਰਾ ਲੋਇਰ ਜਿਹੜੇ ਨੇ ਸੁਮਿਤ ਖੰਨਾ ਜੀ, ਉਹ ਚੱਲ ਕੇ ਸੈਮੀਨਾਰ ਦੇ ਵਿੱਚ ਆ ਰਹੇ ਨੇ। ਇਸ ਤੋਂ ਇਲਾਵਾ ਕੈਨੇਡਾ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸੈਮੀਨਾਰ ਦੇ ਵਿੱਚ ਹੋਣਗੇ, ਇਹਨਾਂ ਦੀ ਸਾਰੀ ਟੀਮ ਮੌਕੇ 'ਤੇ ਮੌਜੂਦ ਹੋਵੇਗੀ। ਸੋ ਕਿੱਥੇ ਕਿੱਥੇ ਸੈਮੀਨਾਰ ਹੋ ਰਹੇ ਨੇ, ਡੇਟਸ ਕੀ ਨੇ, ਖਾਸ ਕੀ ਰਹੇਗਾ, ਜਿਹੜੇ ਬੱਚੇ ਸੈਮੀਨਾਰ ਦੇ ਵਿੱਚ ਵਿਜ਼ਿਟ ਕਰਦੇ ਨੇ, ਇਨਰੋਲ ਕਰਦੇ ਨੇ, ਉਹਨਾਂ ਨੂੰ ਖਾਸ ਕੀ ਮਿਲੇਗਾ, ਇਹਨਾਂ ਤਮਾਮ ਗੱਲਾਂ 'ਤੇ ਚਰਚਾ ਕਰਨ ਲਈ ਪੁਨੀਤ ਖੰਨਾ ਜੀ ਸਟੂਡੀਓ ਵਿੱਚ ਹਾਜ਼ਰ ਨੇ। ਪੁਨੀਤ ਜੀ, ਬਹੁਤ ਸਵਾਗਤ ਹੈ ਜੀ। ਸ਼ੁਕਰੀਆ ਮਨੀਤ ਜੀ, ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸੋ ਪੁਨੀਤ ਜੀ, ਓਮ ਗਲੋਬਲ ਦੇ ਸੈਮੀਨਾਰ ਹਰ ਵਾਰੀ ਖਾਸ ਰਹਿੰਦੇ ਨੇ। ਸੋ ਪਿੱਛੇ ਜੇ ਵੀ ਅਸੀਂ ਸੈਮੀਨਾਰ ਦੇਖੇ ਸੀ, ਕੈਨੇਡਾ ਤੋਂ ਹਰਿਤ ਕਾਬਾ ਜੀ ਵੀ ਆਏ ਸੀ, ਜਿਹੜੇ ICCRC ਮੈਂਬਰ ਸੀ, ਸੁਮਿਤ ਖੰਨਾ ਜੀ ਆਸਟ੍ਰੇਲੀਆ ਤੋਂ ਚੱਲ ਕੇ ਆਏ, ਤੁਸੀਂ ਖਾਸ ਸੈਮੀਨਾਰ ਦੇ ਵਿੱਚ ਆਪ ਵੀ ਮੌਜੂਦ ਰਹੇ। ਵੱਡੀ ਗਿਣਤੀ ਵਿੱਚ ਬੱਚਿਆਂ ਨੇ ਕੈਨੇਡਾ ਸਟੱਡੀ ਵੀਜ਼ਾ ਨੂੰ ਲੈ ਕੇ ਵੀਜ਼ੇ ਅਪਲਾਈ ਕੀਤੇ, ਜਿਨ੍ਹਾਂ ਦੇ ਨਤੀਜੇ ਅਸੀਂ ਰੋਜ਼ ਤੁਹਾਡੀ ਫੇਸਬੁੱਕ ਪੇਜ 'ਤੇ ਦੇਖਦੇ ਹਾਂ ਜੀ। ਸੋ ਇੱਕ ਵਾਰ ਫਿਰ ਤੋਂ ਜਿਹੜੇ ਆਪਾਂ ਹੁਣੇ ਗੱਲ ਕਰ ਰਹੇ ਸੀ ਕਿ 17 ਤਰੀਕ ਤੋਂ 17 ਨਵੰਬਰ ਤੋਂ ਤੁਸੀਂ ਸੈਮੀਨਾਰ ਸ਼ੁਰੂ ਕਰ ਰਹੇ ਹੋ, ਰਾਈਟ? ਖਾਸ ਕੀ ਹੈ, ਆਹ ਕੌਣ ਕੌਣ ਰਿਹਾ, ਕਿਹੜੇ ਪ੍ਰੋਫਾਈਲ ਵਾਲੇ ਬੱਚੇ ਹਨ, ਔਰ ਕਿਹੜੇ ਕਿਹੜੇ ਮੁਲਕਾਂ ਦੀ ਜਾਣਕਾਰੀ ਲੈ ਕੇ ਅਪਲਾਈ ਕਰ ਸਕਦੇ ਨੇ? ਦੇਖੋ, ਖਾਸ ਤਾਂ ਇਹ ਹੈ ਕਿ ਅੱਜ ਦੀ ਡੇਟ 'ਚ ਹੋ ਕੀ ਰਿਹਾ ਕਿ ਕੋਈ ਬੱਚਾ ਆਸਟ੍ਰੇਲੀਆ ਜਾਣਾ ਚਾਹੁੰਦਾ, ਉਹ ਕਿਸੇ ਕੰਸਲਟੈਂਟ ਦੇ ਕੋਲ ਪਹੁੰਚਦਾ, ਉਹ ਕਹਿੰਦਾ ਨਾ 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 ਆਸਟ੍ਰੇਲੀਆ ਨਾ ਜਾਓ, PR ਨਹੀਂ ਮਿਲਦੀ। ਦੂਸਰਾ ਸਟੂਡੈਂਟ ਹੈ, ਉਹ UK ਜਾਣਾ ਚਾਹੁੰਦਾ, ਉਹ ਕਿਸੇ ਏਜੰਟ ਕੋਲ ਪਹੁੰਚਦਾ, ਉਹ ਕਹਿੰਦਾ ਨਾ UK ਨਾ ਜਾਓ, UK ਜਾ ਕੇ ਬੜੇ ਤੰਗ ਹੋਵੋਗੇ, ਪਰੇਸ਼ਾਨ ਹੋਵੋਗੇ, ਇੱਦਾਂ ਨਹੀਂ ਹੁੰਦਾ, ਉੱਦਾਂ ਨਹੀਂ ਹੁੰਦਾ, ਅੱਜ UK ਨੂੰ ਲੋੜ ਹੈ, ਉਹ ਤੁਹਾਨੂੰ ਬੁਲਾਉਣ ਲੱਗ ਗਿਆ, 5 ਸਾਲ ਬੁਲਾਇਆ ਨਹੀਂ, ਮਤਲਬ ਕੋਈ ਦੁਸ਼ਮਣੀ ਥੋੜ੍ਹੀ ਹੈ UK ਨਾਲ, ਜਦੋਂ ਉਹਨਾਂ ਨੂੰ ਲੋੜ ਸੀਗੀ ਉਹਨਾਂ ਨੇ ਬੁਲਾ ਲਿਆ, ਜਦੋਂ ਉਹਨਾਂ ਨੂੰ ਨਹੀਂ ਲੋੜ ਸੀ ਇੰਟਰਨੈਸ਼ਨਲ ਸਟੂਡੈਂਟ ਦੀ, ਨਹੀਂ ਬੁਲਾਇਆ। ਸੋ ਬੇਸਿਕ ਏਜੰਡਾ ਇਹਦਾ ਹੈਗਾ, ਇਟ ਇਜ਼ ਮੋਰ ਆਫ ਐਨ ਅਵੇਅਰਨੈਸ ਕੈਂਪੇਨ ਕਿ ਸਟੂਡੈਂਟ ਜਿਹੜੀ ਕੰਟਰੀ ਜਾਣਾ ਚਾਹੁੰਦਾ, ਤੁਸੀਂ ਜਿਹੜੀ ਕੰਟਰੀ ਜਾਣਾ ਚਾਹੁੰਦੇ ਹੋ ਕਿ ਮੇਰਾ ਸੁਪਨਾ ਕੈਨੇਡਾ ਜਾਣ ਦਾ ਜਾਂ ਆਸਟ੍ਰੇਲੀਆ ਜਾਣ ਦਾ, ਔਰ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਉਸ ਕੰਟਰੀ ਜਾਣ ਦੀ, ਇਹ ਬਹੁਤ ਇੰਪੋਰਟੈਂਟ ਹੈ ਕਿ ਤੁਹਾਡੀ ਐਲੀਜੀਬਿਲਿਟੀ ਬਣਦੀ ਹੋਣੀ ਚਾਹੀਦੀ ਉਸ ਕੰਟਰੀ ਦੀ, ਔਰ ਜੇ ਉਹ ਐਲੀਜੀਬਿਲਿਟੀ ਬਣਦੀ ਹੈ ਅਸੀਂ ਤੁਹਾਨੂੰ ਉਸ ਕੰਟਰੀ ਦੇ ਰਿਗਾਰਡਿੰਗ ਗਾਈਡ ਕਰਾਂਗੇ, ਉਸ ਕੰਟਰੀ ਬਾਰੇ ਦੱਸਾਂਗੇ ਜਿੱਥੇ ਜਾਣ ਦਾ, ਜਿੱਥੇ ਜਾ ਕੇ ਪੜ੍ਹਨ ਦਾ ਤੁਸੀਂ ਸੁਪਨਾ ਦੇਖਿਆ ਕਿ ਤੁਸੀਂ ਉੱਥੇ ਅਪਲਾਈ ਕਰ ਸਕਦੇ ਹੋ, ਅਤੇ ਕਿੱਦਾਂ ਅਪਲਾਈ ਕਰ ਸਕਦੇ ਹੋ, ਕੀ ਡਾਕੂਮੈਂਟ ਤੁਹਾਨੂੰ ਚਾਹੀਦੇ ਆ, ਕਿੰਨੇ ਚਾਂਸਿਸ ਨੇ ਤੁਹਾਡੇ ਵੀਜ਼ਾ ਗ੍ਰਾਂਟ ਹੋਣ ਦੇ, ਔਰ ਜੇ ਐਲੀਜੀਬਿਲਿਟੀ ਨਹੀਂ ਬਣਦੀ, ਵਾਟ ਇਜ਼ ਯੋਰ ਸੈਕਿੰਡ ਪ੍ਰੈਫਰੈਂਸ, ਜਾਂ ਹੋਰ ਕਿੱਥੇ ਕਿੱਥੇ ਤੁਹਾਡੀ ਐਲੀਜੀਬਿਲਿਟੀ ਬਣਦੀ ਹੈ ਜਿੱਥੇ ਤੁਹਾਨੂੰ ਅਪਲਾਈ ਕਰਨਾ ਚਾਹੀਦਾ। ਸੋ ਇਹ ਬੇਸਿਕ ਏਜੰਡਾ ਹੋਊਗਾ ਕਿ ਤੁਹਾਨੂੰ ਵਰਲਡ ਦੀ ਹਰ ਕੰਟਰੀ ਬਾਰੇ, ਇੰਟਰਨੈਸ਼ਨਲ ਸਟੂਡੈਂਟ ਦੀਆਂ ਰਿਕੁਆਇਰਮੈਂਟਸ, ਉਹਦੀਆਂ ਐਲੀਜੀਬਿਲਿਟੀਆਂ, ਔਰ ਤੁਹਾਡੀ ਆਪਣੀ ਪ੍ਰੋਫਾਈਲ ਦੇ ਬਾਰੇ ਕੀ ਹੈਗਾ ਉਹਦੇ ਬਾਰੇ ਦੱਸਿਆ ਜਾਊਗਾ। ਸ਼ੋਅ ਦੇ ਉੱਤੇ, ਫੇਸਬੁੱਕ ਦੇ ਉੱਤੇ, ਅਖਬਾਰਾਂ ਦੇ ਵਿੱਚ ਇੱਕ ਜਨਰਲ ਐਡ, ਇੱਕ ਜਨਰਲ ਕ੍ਰਾਈਟੀਰੀਆ ਜਿਹੜਾ ਹੁੰਦਾ ਉਹ ਸਾਰੇ ਲੋਕਾਂ ਨੂੰ ਇਹ ਦੱਸਣ ਲਈ ਹੁੰਦਾ ਕਿ ਇਸ ਪ੍ਰੋਫਾਈਲ ਦਾ ਬੱਚਾ ਆ ਸਕਦਾ। ਬਟ ਜਦੋਂ ਤੁਸੀਂ ਆਪਣੇ ਡਾਕੂਮੈਂਟ ਫੜਦੇ ਹੋ, ਮੈਂ ਅੱਗੇ ਵੀ ਬਹੁਤ ਵਾਰੀ ਇਹ ਗੱਲ ਕਹੀ ਕਿ ਹਰ ਸਟੂਡੈਂਟ ਦਾ ਪ੍ਰੋਫਾਈਲ, ਹਰ ਸਟੂਡੈਂਟ ਦਾ ਸਟੇਟਸ, ਹਰ ਸਟੂਡੈਂਟ ਦੀ ਡਾਕੂਮੈਂਟੇਸ਼ਨ ਆਪਣੀ ਅਲੱਗ ਹੈ। ਸੋ ਜਦੋਂ ਤੁਸੀਂ ਆਪਣੇ ਡਾਕੂਮੈਂਟ ਲੈ ਕੇ, ਆਪਣੇ ਕਾਗਜ਼ ਲੈ ਕੇ ਸਾਹਮਣੇ ਲਿਆ ਕੇ ਰੱਖੋਗੇ, ਸੋ ਤੁਹਾਨੂੰ ਪਰਸਨਲਾਈਜ਼ਡ ਸਾਈਜ਼ ਮਿਲੂਗੀ। ਜੇ ਆਪਾਂ ਦਰਜੀ ਦੀ ਗੱਲ ਕਰ ਲਈਏ, ਅੱਜ ਇੱਕ ਸੂਟ ਪਾਉਣਾ ਕਿਸੇ ਨੇ, ਅਤੇ ਉਹ ਸੂਟ ਦਾ ਸਾਈਜ਼ ਮੇਰਾ ਵੱਖਰਾ, ਮਨੀਤ ਜੀ ਦਾ ਵੱਖਰਾ, ਤੁਹਾਡਾ ਵੱਖਰਾ। ਅਸੀਂ ਕਹੀਏ ਇੱਕ ਸੂਟ ਬਣਿਆ ਬਣਾਇਆ ਪਿਆ ਕਿ ਸਾਰੇ ਜਿਹੜੇ ਉਹੀ ਸਾਈਜ਼ ਦਾ ਸੂਟ ਪਾਈ ਜਾਓ, ਫ੍ਰੀ ਸਾਈਜ਼ ਦਾ, ਅਤੇ ਕਿਸੇ ਦੀਆਂ ਬਾਹਾਂ ਲੰਬੀਆਂ ਹੋਣਗੀਆਂ ਅਤੇ ਕਿਸੇ ਦੀਆਂ ਲੱਤਾਂ ਛੋਟੀਆਂ ਹੋਣਗੀਆਂ। ਸੋ ਜਦੋਂ ਤੁਸੀਂ ਆਪਣੇ ਡਾਕੂਮੈਂਟ ਲੈ ਕੇ ਆਉਂਦੇ ਹੋ, ਇਟ ਵਿਲ ਬੀ ਦਾ ਐਡਵਾਈਸ ਫੋਰ ਯੂ ਕਿ ਤੁਹਾਡੇ ਲਈ ਕਿਹੜੀ ਚੀਜ਼ ਵਧੀਆ ਹੈ, ਤੁਹਾਡੇ ਲਈ ਕਿਹੜੀ ਚੀਜ਼ ਪੋਸੀਬਲ ਹੈ, ਔਰ ਕਿਹੜੀ ਚੀਜ਼ ਪੋਸੀਬਲ ਨਹੀਂ ਹੈ ਜੀ। ਸੋ ਸੈਮੀਨਾਰ ਦੀ ਆਪਾਂ ਡੇਟਸ ਇੱਥੇ ਫਾਈਨਲ ਕਰ ਲਈਏ, ਡਿਸਕਸ ਕਰ ਲਈਏ, ਕਿਹੜੀ ਕਿਹੜੀ ਤਰੀਕ ਨੂੰ ਕਿੱਥੇ ਕਿੱਥੇ ਸੈਮੀਨਾਰ ਹੋ ਰਿਹਾ, ਔਰ ਉਹਦਾ ਵੈਨਿਊ ਕੀ ਰਹੇਗਾ, ਤਾਂ ਕਿ ਲੋਕ ਉੱਥੇ ਮੌਕੇ 'ਤੇ ਆਪਣੇ ਡਾਕੂਮੈਂਟ ਸਮੇਤ ਪਹੁੰਚਣ, ਅਤੇ ਜਿਹੜੇ ਸੈਮੀਨਾਰ ਦੇ ਵਿੱਚ ਐਕਸਪਰਟਸ ਆ ਰਹੇ ਨੇ ਉਹਨਾਂ ਤੋਂ ਸਲਾਹ ਲੈ ਸਕਣ ਜੀ। ਸੈਮੀਨਾਰ ਦੇ ਵਿੱਚ ਮੈਂ ਓਮ ਗਲੋਬਲ ਵੱਲੋਂ, ਅਤੇ ਓਮ ਗਲੋਬਲ ਦੀ ਸਾਰੀ ਟੀਮ ਜਿਹੜੀ ਹੈਗੀ ਹੈ, ਜਿਹੜੀ ਤੁਹਾਨੂੰ ਐਡਵਾਈਜ਼ ਕਰਦੀ ਹੈ, ਟੀਮ ਵੱਖਰੀਆਂ ਵੱਖਰੀਆਂ ਬ੍ਰਾਂਚਸ ਦੇ ਵਿੱਚ, ਉਹ ਸਾਰੇ ਲੋਕ ਅਵੇਲੇਬਲ ਰਹਿਣਗੇ। ਸਪੈਸ਼ਲੀ ਆਸਟ੍ਰੇਲੀਆ ਤੋਂ ਮੇਰਾ ਛੋਟਾ ਬ੍ਰਦਰ ਸੁਮਿਤ, ਜੋ ਕਿ ਉੱਥੇ ਇੱਕ ਮਾਰਾ ਲੋਇਰ ਹੈ, ਉੱਥੇ ਇਮੀਗ੍ਰੇਸ਼ਨ ਦੇ ਨਾਲ ਬਹੁਤ ਕਲੋਜ਼ਲੀ ਕੰਮ ਕਰਦਾ, ਹੀ ਵਿਲ ਬੀ ਦੇਅਰ ਕਿ ਤੁਹਾਡੀਆਂ ਆਸਟ੍ਰੇਲੀਆ ਦੇ ਰਿਲੇਟਡ ਕੋਈ ਵੀ ਕੁਐਰੀਜ਼ ਨੇ, ਚਾਹੇ ਉਹ ਸਟੂਡੈਂਟ ਵੀਜ਼ਾ ਹੈ,
चाहे टूरिस्ट है, पार्टनर वीजा, डिपेंडेंट वीजा, परमानेंट रेजिडेंसी है, सो किसी भी तरह का कोई रिफ्यूजल है, कोई बैन है, सो ऑस्ट्रेलिया दी सारी क्वेरीज ही विल हैंडल। मैं तो बाकी की टीम तुहाडियां कैनेडा, यूके, होर किसी भी कंट्री तुसी जाना चाहते हो, यूएसए के बहुत वीजे ले असी, यूएसए के अज भी रेगूलर बेसिस से वीजा अपलाई होंगे है, वीजा लगते हैं, वो सारिया चीज़ा तुहानू परसनलाइज वन और वन काउंसलिंग दसिया जाएगियां दित्तियां जाएगियां। सो जिहड़े सैमीनार्स ने लड़ीवार 17 तरीक तो शुरू करांगे पंजाब के वक्रे वक्रे शहरां च, सो कोशिश ये की है कि हर जगह तो कितने ना कितने प्रोक्सीमिटी बन जाए सो दैट स्टूडेंट आ सके। सो 17 तरीक नूं शुरू करांगे जी जलंधर ऑफिस तो, 17 तरीक नूं इट इज़ संडे, सो संडे 17 नूं जलंधर ऑफिस दे विच सैमीनार है, 18 नूं लुधियाने ए होटल हैगा फिरोज़ गांधी मार्केट के कोल, सो 18 तरीक नूं लुधियाना, 19 नवंबर नूं ही चल जाएंगे जी बठिंडे, बठिंडे कृष्णा कॉन्टीनेंटल होटल है उत्थे तुसी आके मिल सकते हो, एडवाइस लै सकते हो, 20 तरीक नूं अमृतसर रणजीत एवेन्यू दे विच बेस्ट वेस्टर्न होटल है उत्थे तुसी आ सकते हो, अपने पेरेंट्स नूं नाल लैके आओ ਤਾਂ ਜੋ ਉਹਨਾਂ ਨੂੰ ਵੀ ਪਤਾ ਲੱਗ ਸਕੇ ਕਿ ਤੁਸੀਂ ਕਿਹੜਾ ਸਟੈਪ ਅੱਗੇ ਲੈਣ ਲੱਗੇ ਹੋ। 21 ਤਰੀਕ ਨੂੰ ਆਪਾਂ ਚੰਡੀਗੜ੍ਹ ਆਫਿਸ ਦੇ ਵਿੱਚ 17 ਸੈਕਟਰ ਦੇ ਵਿੱਚ ਓਮ ਗਲੋਬਲ ਦੇ ਆਫਿਸ ਦੇ ਵਿੱਚ ਮਿਲਾਂਗੇ। ਸੋ ਚੰਡੀਗੜ੍ਹ ਦਾ ਇਹ ਹੋ ਜਾਂਦਾ ਕਿ ਮਾਲਵਾ ਰੀਜਨ ਤੋਂ ਜਿਹੜਾ ਵੀ ਸਟੂਡੈਂਟ ਹੈ ਤੁਸੀਂ ਪਟਿਆਲੇ ਨੂੰ ਬਿਲੋਂਗ ਕਰਦੇ ਹੋ, ਰਾਜਪੁਰੇ ਮੋਗੇ ਨੂੰ ਬਿਲੋਂਗ ਕਰਦੇ ਹੋ, ਤੁਸੀਂ ਚੰਡੀਗੜ੍ਹ ਆ ਸਕਦੇ ਹੋ। ਸੋ ਪੰਜਾਬ ਦੇ ਵਿੱਚ ਇਹ ਸੈਮੀਨਾਰਸ ਤੋਂ ਬਾਅਦ 22 ਤਰੀਕ ਨੂੰ ਅਸੀਂ ਕਰਨਾਲ ਆਫਿਸ ਦੇ ਵਿੱਚ ਸੈਮੀਨਾਰ ਰੱਖਿਆ। ਸੋ ਇਹਨਾਂ ਸਾਰੇ ਸ਼ਹਿਰਾਂ ਦੇ ਵਿੱਚ ਕੋਸ਼ਿਸ਼ ਕਰੋ ਆਪਣੇ ਡਾਕੂਮੈਂਟ ਜ਼ਰੂਰ ਲੈ ਕੇ ਆਓ। ਤੁਸੀਂ ਰਿਫਿਊਜ਼ਡ ਹੋ, ਸਪੈਸ਼ਲ ਸੱਦਾ ਜਿਹੜੇ ਲੋਕ ਰਿਫਿਊਜ਼ ਨੇ ਕਿਸੇ ਵੀ ਕੰਟਰੀ ਤੋਂ ਆਪਣੀ ਰਿਫਿਊਜ਼ਲ ਲੈਟਰ ਨਾਲ ਲੈ ਕੇ ਆਓ। ਬਹੁਤ ਸਾਰੇ ਸਟੂਡੈਂਟਸ ਨੇ ਅੱਜ ਦੀ ਡੇਟ 'ਚ ਕੇਪ ਨੋਟਸ ਕਢਾਏ ਹੁੰਦੇ ਆ ਆਪਣੇ ਕਿ ਮੈਂ ਕੈਨੇਡਾ ਤੋਂ ਰਿਫਿਊਜ਼ ਸੀਗਾ ਜੀ, ਆਹ ਮੇਰੇ ਕੇਪ ਨੋਟਸ ਨੇ, ਜੇ ਤੁਸੀਂ ਕਢਾਏ ਆ ਉਹ ਨਾਲ ਲੈ ਕੇ। ਸੋ ਕੋਸ਼ਿਸ਼ ਕਰੋ ਹਰ ਉਹ ਇਨਫੋਰਮੇਸ਼ਨ ਜਿਹੜੀ ਅਸੀਂ ਤੁਹਾਡੇ ਤੋਂ ਮੰਗਣੀ ਹੈ ਔਰ ਸਾਨੂੰ ਜ਼ਰੂਰਤ ਹੈ ਉਸ ਇਨਫੋਰਮੇਸ਼ਨ ਦੀ ਉਹ ਨਾਲ ਲੈ ਕੇ ਆਓ। ਉਸੇ ਵੇਲੇ ਡਿਸਾਈਡ ਕਰ ਲਓ ਕਿ ਕੀ ਕਰਨਾ ਚਾਹੀਦਾ ਕੀ ਨਹੀਂ ਕਰਨਾ ਚਾਹੀਦਾ, ਇਟ ਇਜ਼ ਫੋਰ ਯੋਰ ਗਾਈਡੈਂਸ। ਤੁਸੀਂ ਕੇਸ ਜਿੱਥੋਂ ਮਰਜ਼ੀ ਲਵਾਓ, ਤੁਸੀਂ ਘਰ ਜਾ ਕੇ ਕੰਪਿਊਟਰ 'ਤੇ ਆਪ ਫਾਈਲ ਲਾ ਦਿਓ, ਸਾਨੂੰ ਕੋਈ ਪ੍ਰੋਬਲਮ ਨਹੀਂ, ਬਟ ਇੱਕ ਐਡਵਾਈਸ ਲੈ ਲਓ 12-14 ਸਾਲ ਦਾ ਜਿਹੜਾ ਐਕਸਪੀਰੀਅੰਸ ਹੈ, ਜਿਹੜਾ ਇਸ ਇੰਡਸਟਰੀ ਨੂੰ ਦਿੱਤਾ, ਇੱਕ ਵੀਜ਼ਾ ਦੀ ਲਾਈਨ ਨੂੰ ਦਿੱਤਾ, ਉਹਦਾ ਹੋ ਸਕਦਾ ਤੁਹਾਨੂੰ ਕਿਤੇ ਨਾ ਕਿਤੇ ਕੋਈ ਫਾਇਦਾ ਹੋ ਜਾਵੇ ਜੀ। ਸੋ ਦਰਸ਼ਕਾਂ ਨੂੰ ਦੱਸਦੇ ਕਿ ਓਮ ਗਲੋਬਲ ਦੇ ਵੀਜ਼ਾ ਐਕਸਪਰਟ ਪੁਨੀਤ ਖੰਨਾ ਜੀ ਸਾਡੇ ਨਾਲ ਸਟੂਡੀਓ ਵਿੱਚ ਹਾਜ਼ਰ ਨੇ। 9161-9167 ਨੰਬਰ ਤੁਹਾਡੇ ਟੀ ਵੀ ਸਕਰੀਨ 'ਤੇ ਚੱਲ ਰਿਹਾ, ਇਸ ਨੰਬਰ 'ਤੇ ਕਾਲ ਕਰਕੇ ਤੁਸੀਂ ਸੈਮੀਨਾਰ ਦੇ ਵੈਨਿਊ ਪਤਾ ਕਰ ਸਕਦੇ ਹੋ, ਤੁਹਾਡੇ ਪਿੰਡ ਸ਼ਹਿਰ ਦੇ ਆਸ ਪਾਸ ਕਿਹੜੀ ਜਗ੍ਹਾ 'ਤੇ ਸੈਮੀਨਾਰ ਹੋ ਰਿਹਾ। ਸੈਮੀਨਾਰ ਦਾ ਮਤਲਬ ਅੱਜ ਬਹੁਤ ਸਾਰੀ ਕੰਪਨੀਆਂ ਸੈਮੀਨਾਰ ਦਾ ਨਾਮ ਤਾਂ ਦੇ ਦਿੰਦੀਆਂ, ਪਰ ਜਦੋਂ ਦਫ਼ਤਰਾਂ 'ਚ ਜਾਇਆ ਜਾਂਦਾ ਤਾਂ ਉਹੀ ਦੋ ਕੁ ਵੀਜ਼ਾ ਕੌਂਸਲਰ ਬੈਠੇ ਹੁੰਦੇ ਆ ਜਿਹੜੇ ਰੂਟੀਨ 'ਚ ਬੈਠਦੇ ਨੇ। ਸੈਮੀਨਾਰਸ ਦਾ ਮਤਲਬ ਜਦੋਂ ਇੱਕ ਚੰਡੀਗੜ੍ਹ ਬੇਸਡ ਕੰਪਨੀ, ਇੱਕ ਆਸਟ੍ਰੇਲੀਆ ਬੇਸਡ ਕੰਪਨੀ, ਇੱਕ ਕੈਨੇਡਾ ਬੇਸਡ ਕੰਪਨੀ ਜੋ ਚੱਲ ਕੇ ਤੁਹਾਡੇ ਆਪਣੇ ਸ਼ਹਿਰਾਂ ਦੇ ਵਿੱਚ ਆਉਂਦੀ ਹੈ, ਆ ਕੇ ਸੈਮੀਨਾਰਸ ਕਰਦੀ ਹੈ, ਉਹਨਾਂ ਨਾਲ ਸਟਾਫ ਹੁੰਦਾ ਹੈ, ਮੌਕੇ 'ਤੇ ਤੁਹਾਨੂੰ ਜਾਣਕਾਰੀ ਦਿੱਤੀ ਜਾਂਦੀ ਹੈ, ਤਾਂ ਓਮ ਗਲੋਬਲ ਦਾ ਇਤਿਹਾਸ ਰਿਹਾ ਹੈ ਕਿ ਜਦੋਂ ਜਦੋਂ ਵੀ ਸੈਮੀਨਾਰਸ ਕੀਤੇ ਨੇ ਉਦੋਂ ਉਦੋਂ ਹੀ ਵੱਡੀ ਤਾਦਾਦ ਦੇ ਵਿੱਚ ਜਿਹੜੇ ਐਕਸਪਰਟਸ ਨੇ ਉਹਨਾਂ ਨੂੰ ਮੌਕੇ 'ਤੇ ਲੈ ਕੇ ਆਉਂਦੇ ਨੇ, ਚਾਹੇ ਆਸਟ੍ਰੇਲੀਆ ਦੀ ਗੱਲ ਹੋਵੇ, ਚਾਹੇ ਕੈਨੇਡਾ ਦੀ ਗੱਲ ਹੋਵੇ। ਆਸਟ੍ਰੇਲੀਆ ਤੋਂ ਮਾਰਾ ਲੋਇਰ ਆ ਰਹੇ ਨੇ ਸੈਮੀਨਾਰ ਦੇ ਵਿੱਚ, ਕੈਨੇਡਾ ਤੋਂ ਐਕਸਪਰਟ ਜਿਹੜੇ ਨੇ ਪੁਨੀਤ ਖੰਨਾ ਜੀ ਖਾਸ ਤੌਰ 'ਤੇ, ਹਜ਼ਾਰਾਂ ਹੀ ਬੱਚਿਆਂ ਨੂੰ ਕੈਨੇਡਾ ਭੇਜ ਚੁੱਕੇ ਨੇ, ਉਹ ਮੌਕੇ 'ਤੇ ਮੌਜੂਦ ਰਹਿਣਗੇ, ਇਹਨਾਂ ਦੀ ਐਕਸਪਰਟ ਟੀਮ ਮੌਕੇ 'ਤੇ ਮੌਜੂਦ ਰਹੇਗੀ। ਸੈਮੀਨਾਰ ਦੇ ਤਰੀਕਾਂ ਇੱਕ ਵਾਰ ਫਿਰ ਤੋਂ ਨੋਟ ਕਰ ਲਵੋ, 17 ਤਰੀਕ ਤੋਂ ਇਹ ਸੈਮੀਨਾਰ ਸ਼ੁਰੂ ਹੋਵੇਗਾ ਜੀ, 17 ਨਵੰਬਰ ਤੋਂ ਸੈਮੀਨਾਰ ਸ਼ੁਰੂ ਹੋਣਗੇ। 17 ਨਵੰਬਰ ਦਿਨ ਐਤਵਾਰ ਜਲੰਧਰ ਆਫਿਸ ਦੇ ਵਿੱਚ ਸੈਮੀਨਾਰ ਹੈ, ਜੋ ਕਿ ਬੱਸ ਸਟੈਂਡ ਦੇ ਕੋਲ ਹੈ। ਇਸ ਸੈਮੀਨਾਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। ਸੈਮੀਨਾਰ ਦੇ ਵਿੱਚ ਆਉਣ ਲਈ ਤੁਸੀਂ ਆਪਣੇ ਡਾਕੂਮੈਂਟਸ ਲੈ ਕੇ ਆਓ, ਆਪਣੇ ਪੇਰੈਂਟਸ ਨੂੰ ਨਾਲ ਲੈ ਕੇ ਆਓ, ਤਾਂ ਕਿ ਤੁਸੀਂ ਮੌਕੇ 'ਤੇ ਜਾਣਕਾਰੀ ਹਾਸਲ ਕਰ ਸਕੋ ਕਿ ਤੁਸੀਂ ਕੈਨੇਡਾ, ਯੂਕੇ, ਆਸਟ੍ਰੇਲੀਆ ਜਾਣ ਦੇ ਐਲੀਜੀਬਲ ਹੋ ਜਾਂ ਨਹੀਂ ਹੋ। ਤੁਸੀਂ ਜਾ ਸਕਦੇ ਹੋ, ਨਹੀਂ ਜਾ ਸਕਦੇ, ਜੇ ਜਾ ਸਕਦੇ ਹੋ ਤਾਂ ਕਿੰਨਾ ਕੁ ਖਰਚਾ ਹੋਊਗਾ। ਸੈਮੀਨਾਰਾਂ 'ਚ ਪਹੁੰਚੋ। 17 ਤਰੀਕ ਦਿਨ ਐਤਵਾਰ ਜਲੰਧਰ ਆਫਿਸ ਦੇ ਵਿੱਚ ਸੈਮੀਨਾਰ ਹੋਵੇਗਾ। ਉਸ ਤੋਂ ਬਾਅਦ 18 ਤਰੀਕ ਨੂੰ ਸੈਮੀਨਾਰ ਹੋ ਰਿਹਾ ਜੀ ਲੁਧਿਆਣੇ ਦੇ ਵਿੱਚ, ਲੁਧਿਆਣੇ ਦੇ ਵਿੱਚ ਇਹ ਸੈਮੀਨਾਰ ਏ ਹੋਟਲ ਦੇ ਵਿੱਚ ਹੋਵੇਗਾ, ਜੋ ਕਿ ਫਿਰੋਜ਼ ਗਾਂਧੀ ਮਾਰਕੀਟ ਦੇ ਕੋਲ ਹੈ। ਏ ਹੋਟਲ 18 ਤਰੀਕ, 18 ਨਵੰਬਰ ਏ ਹੋਟਲ ਲੁਧਿਆਣਾ, ਲੁਧਿਆਣਾ ਦੇ ਆਸ ਪਾਸ ਨੂੰ ਤੁਸੀਂ ਬਿਲੋਂਗ ਕਰਦੇ ਹੋ ਤਾਂ ਲੁਧਿਆਣਾ ਵਾਲੇ ਸੈਮੀਨਾਰ ਦੇ ਵਿੱਚ ਤੁਸੀਂ ਪਹੁੰਚ ਸਕਦੇ ਹੋ। 19 ਤਰੀਕ ਬਠਿੰਡੇ ਸੈਮੀਨਾਰ ਕਰਵਾਇਆ ਜਾ ਰਿਹਾ, ਹੋਟਲ ਕ੍ਰਿਸ਼ਨਾ ਕੌਂਟੀਨੈਂਟਲ, ਕ੍ਰਿਸ਼ਨਾ ਕੌਂਟੀਨੈਂਟਲ ਬਠਿੰਡੇ ਦੇ ਆਸ ਪਾਸ 'ਤੇ ਜਿੰਨੀਆਂ ਵੀ ਮੰਡੀਆਂ ਲੱਗਦੀਆਂ ਨੇ ਤੁਹਾਡੇ ਆਪਣੇ ਸ਼ਹਿਰ ਦੇ ਵਿੱਚ। ਮੇਰੇ ਖਿਆਲ ਪੁਨੀਤ ਜੀ ਪਹਿਲੀ ਵਾਰ ਤੁਸੀਂ ਬਠਿੰਡੇ ਸੈਮੀਨਾਰ ਕਰ ਰਹੇ ਹੋਗੇ, ਕਾਫੀ ਦੇਰ ਬਾਅਦ ਸੈਮੀਨਾਰ ਬਠਿੰਡੇ। ਸੋ ਬਠਿੰਡੇ ਤੁਸੀਂ ਸੈਮੀਨਾਰ 'ਚ ਪਹੁੰਚ ਸਕਦੇ ਹੋ 19 ਤਰੀਕ ਨੂੰ, 19 ਨਵੰਬਰ ਨੂੰ ਪਹਿਲੀ ਵਾਰ ਐਡੇ ਵੱਡੇ ਪੱਧਰ 'ਤੇ ਇੰਨੀ ਵੱਡੀ ਕੰਪਨੀ ਓਮ ਗਲੋਬਲ ਬਠਿੰਡਾ ਦੇ ਵਿੱਚ ਸੈਮੀਨਾਰ ਲੈ ਕੇ ਆ ਰਹੀ ਹੈ, ਕਿਉਂਕਿ ਜਿਹੜੇ ਬਠਿੰਡਾ ਦੇ ਲੋਕਾਂ ਦਾ ਬਹੁਤ ਜ਼ਿਆਦਾ ਡਿਮਾਂਡ ਸੀ ਕਿ ਸਾਡੇ ਸ਼ਹਿਰ ਦੇ ਵਿੱਚ ਆ ਕੇ ਵੀ ਸੈਮੀਨਾਰ ਕਰੋ। ਸੋ 19 ਤਰੀਕ ਨੂੰ ਸੈਮੀਨਾਰ ਬਠਿੰਡਾ ਦੇ ਵਿੱਚ ਹੋਵੇਗਾ, ਹੋਟਲ ਕ੍ਰਿਸ਼ਨਾ ਕੌਂਟੀਨੈਂਟਲ।
20 तरीक नूं अमृतसर विच सैमीनार होएगा होटल बेस्ट वेस्टर्न दे विच, 21 तरीक चंडीगढ़ ऑफिस जो कि सैक्टर 17 दे विच है, 17 सैक्टर दे विच तुसीं ओम ग्लोबल दे ऑफिस विच आके सैमीनार दा हिस्सा बन सकदे हो 21 नवंबर नूं। 22 तरीक नूं करनाल ऑफिस दे विच सैमीनार होएगा, 22 तरीक नूं करनाल तुसीं पहुँच सकते हो अपने पेरेंट्स नाल अपने पढ़ाई दे डॉक्यूमेंट्स लैके। तरीका एक बार फिर तो नोट कर लो, 17 तरीक जलंधर, 18 तरीक लुधियाना, 19 तरीक बठिंडा, 20 तरीक अमृतसर, 21 तरीक चंडीगढ़ ते 22 तरीक नूं करनाल ऑफिस तुसीं आ सकदे हो अपने सैमीनार्स दे विच पहुँच के अपने पेरेंट्स नूं लैके आओ, जानकारी हासिल कर सकते हो किहड़े प्रोफाइल ते तुसीं किहड़े मुल्क दे विच जा सकते हो। सीट बुक करवा लो, अपॉइंटमेंट बुक कर लो ताकि तुहानूं उत्थे जाके ज़्यादा वेट ना करनी पवे, क्योंकि जदों ओम ग्लोबल सैमीनार्स हुंदे ने बहुत वड्डे पद्धर ते रश पाया जांदा है। सीट्स बुक कर लो, अपॉइंटमेंट बुक कर लो, नंबर तुहाडी टीवी स्क्रीन ते चला रहे हैं 9216 9216 9216 9216। 9216 9216 9216 एक बार रिफ्यूज़, दो बार रिफ्यूज़, चार बार रिफ्यूज़ हो तां वी अपने डेस्टिनेशन कंट्री तक पहुँचना चाहुंदे हो किवें जा सकदे हो, ओम ग्लोबल दे वीज़ा एक्सपर्ट तुहानूं मौके ते दसणगे। सुपनी जी, कनेडा तों अलावा यूके की गल कर लिए, हवा यूके वल दी की सैमीनार दे विच यूके नूं लैके जानकारी मिलेगी? बिल्कुल, यूके नूं लैके जानकारी मिलेगी जी। यूके दा जे तुसीं पिछले 2 महीनों तों देख लो तो काफ़ी ज़्यादा एडवर्टीजमेंट शुरू होगी, काफ़ी ज़्यादा प्रमोशन शुरू होगी, खासकर उदों तों जदों तों यूके ने डिक्लेयर किया कि स्टार्टिंग फ्रॉम जनवरी 2020 पोस्ट स्टडी वर्क वीज़ा जिहड़ा यूके ने बंद करता सी अज तों 7 साल पहला 2012 च, सो 7 साल बाद पोस्ट स्टडी वर्क वीज़ा दोबारा खोलिया गया। सो अगेन सेम रूल्स एंड रेगुलेशन ने स्टूडेंट लिए, टायर 4 पहला भी सेगा सेम हुई है, 30 पॉइंट तुहानू कैश लैटर दे, दैट मीनस एडमिशन दे यूके की यूनिवर्सिटी के, 10 पॉइंट तुहाडे को ਤੁਹਾਡੇ ਫੰਡਸ ਦੇ 10 ਪੁਆਇੰਟ 28 ਦਿਨ ਪੁਰਾਣੇ ਫੰਡ ਹੋਣੇ ਚਾਹੀਦੇ ਤੁਹਾਡੇ ਕੋਲ। ਸੋ ਇਹ 2 ਚੀਜ਼ਾਂ ਹੈਗੀਆਂ, ਤੁਸੀਂ ਯੂਕੇ 'ਚ ਫਾਈਲ ਲਾ ਸਕਦੇ ਹੋ ਔਰ ਯੂਕੇ ਦੇ ਵਿੱਚ ਵੀਜ਼ਾਜ਼ ਆ ਰਹੇ ਆ। ਐਟ ਪ੍ਰੈਜੈਂਟ ਜਨਵਰੀ ਇਨਟੇਕ ਕੈਨੇਡਾ ਲਈ ਵੀ ਖੁੱਲ੍ਹਾ ਜੀ, ਯੂਕੇ ਲਈ ਵੀ ਖੁੱਲ੍ਹਾ ਔਰ ਆਸਟ੍ਰੇਲੀਆ ਲਈ ਵੀ ਜਨਵਰੀ ਫਰਵਰੀ ਇਨਟੇਕ ਦੇ ਵਿੱਚ ਬਹੁਤ ਸਾਰੀਆਂ ਯੂਨੀਵਰਸਿਟੀਜ਼ ਦੇ ਵਿੱਚ ਐਲੀਜੀਬਿਲਿਟੀ ਹੈਗੀ ਹੈ। ਮੇਨ ਚੀਜ਼ ਜਿਹੜੀ ਮੈਂ ਦੱਸਣਾ ਚਾਹਾਂਗਾ ਇਸ ਸੈਮੀਨਾਰ ਦੇ ਵਿੱਚ, ਬਹੁਤ ਵਾਰੀ ਲੋਕਾਂ ਦਾ ਇਹ ਰਹਿੰਦਾ ਕਿ ਜੀ ਸੈਮੀਨਾਰ 'ਚ ਬੁਲਾ ਲਿਆ, ਪ੍ਰੋਸੈਸਿੰਗ ਫੀਸ ਲਿੱਤੀ ਜਾਊਗੀ, ਹੋਰ ਪੈਸੇ ਲਿੱਤੇ ਜਾਣਗੇ। ਸੋ ਓਮ ਗਲੋਬਲ ਪਿਛਲੇ 2 ਸਾਲਾਂ ਤੋਂ ਜੇ ਗੱਲ ਕਰ ਲਈਏ, ਹਮੇਸ਼ਾ ਇਸੇ ਨੋ ਵਿਨ ਨੋ ਫੀਸ ਦੇ ਏਜੰਡੇ 'ਤੇ ਆਪਾਂ ਕੰਮ ਕਰ ਰਹੇ ਹਾਂ ਕਿ ਜੇ ਤੁਸੀਂ ਜਿੱਤੋਗੇ ਤਾਂ ਅਸੀਂ ਜਿੱਤਾਂਗੇ, ਜੇ ਤੁਹਾਡਾ ਵੀਜ਼ਾ ਲੱਗੂਗਾ ਤਾਂ ਤੁਸੀਂ ਪੈਸੇ ਦੇਣੇ ਆ, ਮੀਨ ਵਾਇਲ ਤੁਸੀਂ ਪਹਿਲਾਂ ਕੋਈ ਪੈਸਾ ਨਹੀਂ ਦੇਣਾ। ਮੈਂ ਅੱਜ ਹੀ ਕਿਸੇ ਨਾਲ ਗੱਲ ਕਰ ਰਿਹਾ ਸੀ, ਕਹਿੰਦੇ ਜੀ ਇੱਕ ਕੰਸਲਟੈਂਟ ਆ ਉਹ ਲੋਕਾਂ ਨੂੰ ਮਿਲਣ ਦਾ ₹500 ਲਈ ਜਾਂਦੇ ਆ ਕਿ ਜੇ ਤੁਸੀਂ ਮੈਨੂੰ ਮਿਲਣਾ, ਮੇਰੇ ਤੋਂ ਕਾਉਂਸਲਿੰਗ ਕਰਾਉਣੀ ਤਾਂ ₹500 ਲੱਗੇਗਾ। ਅਤੇ ਕਹਿੰਦੇ ਮੈਂ ਉਹਨੂੰ ਪੁੱਛਿਆ ਕਿ ਯਾਰ ਤੂੰ ਪੈਸੇ ਕਿਉਂ ਲੈਂਦਾ, ਕਹਿੰਦੇ ਉਹ ਦੱਸਣ ਲੱਗ ਗਿਆ ਕਿ ਮੈਂ ਕਿ ਡਾਕਟਰ ਕੋਲ ਗਿਆ, ਮੈਂ ਡਾਕਟਰ ਕੋਲ ਸਲਾਹ ਲੈਣ ਗਿਆ ਸੀ ਅਤੇ ਡਾਕਟਰ ਨੇ ਮੇਰੇ ਤੋਂ ₹350 ਲੈ ਲਿਆ, ਅਤੇ ਜੇ ਡਾਕਟਰ ਪੈਸੇ ਲੈ ਸਕਦਾ ਸਲਾਹ ਦੇਣ ਦੇ ਤਾਂ ਮੈਂ ਵੀ ਸਲਾਹ ਦੇਣੀ ਹੈ, ਅਤੇ ਮੈਂ ਵੀ ਪੰਜ ਸੌ ਇਕੱਠਾ ਕਰਨਾ ਸ਼ੁਰੂ ਕਰਤਾ। ਸੋ ਕਿਸੇ ਵੀ ਤਰ੍ਹਾਂ ਦਾ ਕਿਸੇ ਵੀ ਸਲਾਹ ਦਾ ਕੋਈ ਵੀ ਪੈਸਾ ਤੁਸੀਂ ਨਹੀਂ ਦੇਣਾ। ਆਸਟ੍ਰੇਲੀਆ ਤੋਂ ਸੁਮਿਤ ਆਪ ਆ ਰਿਹਾ, ਸੋ ਜਦੋਂ ਇੱਕ ਮਾਰਾ ਲੋਇਰ ਆਸਟ੍ਰੇਲੀਆ ਤੋਂ ਆ ਰਿਹਾ, ਉਹਦੀ ਵੀ ਜਿਹੜੀ ਐਡਵਾਈਸ ਆ ਆਸਟ੍ਰੇਲੀਆ ਦੇ ਵਿੱਚ ਜਦੋਂ ਕਿਸੇ ਨੂੰ ਮਿਲਦਾ ਹੀ ਚਾਰਜਸ ਮਨੀ ਫੋਰ ਇਟ। ਸੋ ਤੁਹਾਡੇ ਲਈ ਇੱਕ ਆਪਸ਼ਨ ਹੈ, ਖਾਸਕਰ ਆਸਟ੍ਰੇਲੀਆ ਜਾਣ ਦੇ ਚਾਹਵਾਨ ਲੋਕਾਂ ਲਈ, ਕਿ ਤੁਸੀਂ ਬਿਨਾਂ ਕੋਈ ਪੈਸਾ ਦਿੱਤੇ ਇੱਕ ਐਕਸਪਰਟ ਐਡਵਾਈਸ ਉਹਦੇ ਕੋਲੋਂ ਲੈ ਸਕਦੇ ਹੋ, ਮਿਲ ਸਕਦੇ ਹੋ ਜੀ। ਸੋ ਕਿਸੇ ਵੀ ਤਰ੍ਹਾਂ ਦੀ ਕੋਈ ਹੋਰ ਜਾਣਕਾਰੀ ਚਾਹੁੰਦੇ ਹੋ 9161 9167 ਨੰਬਰ 'ਤੇ ਕਾਲ ਕਰ ਸਕਦੇ ਹੋ। ਸੋ ਪੁਨੀਤ ਜੀ, ਪਿੱਛੇ ਜੇ ਆਸਟ੍ਰੇਲੀਆ ਨੂੰ ਨੇ ਜਦੋਂ ਇੰਡੀਆ ਨੂੰ ਲੈਵਲ 3 ਦੇ ਵਿੱਚ ਲਿਆਂਦਾ, ਤਾਂ ਬਹੁਤ ਸਾਰੇ ਕੰਸਲਟੈਂਟ ਨੇ ਆਸਟ੍ਰੇਲੀਆ ਦਾ ਗੱਲਬਾਤ ਬੰਦ ਕਰਕੇ ਕੈਨੇਡਾ ਨੂੰ ਮੁੜ ਗਏ, ਕੈਨੇਡਾ ਤੋਂ ਬਾਅਦ ਜਾਂ ਯੂਕੇ ਚਰਚਾ ਜਾਂਦੀ ਯੂਕੇ ਵੱਲ ਨੂੰ ਹੋ ਕੇ। ਸੋ ਤੁਸੀਂ ਸੈਮੀਨਾਰ ਦੇ ਵਿੱਚ ਖਾਸ ਤੌਰ 'ਤੇ ਕਹਾਂਗੇ ਅਸੀਂ ਆਸਟ੍ਰੇਲੀਆ ਜਾਣ ਵਾਲੇ ਬੱਚਿਆਂ ਨੂੰ ਜਾਣਕਾਰੀ ਦੇਵਾਂਗੇ। ਸੋ ਅਸੈਸਮੈਂਟ ਲੈਵਲ 3 ਦੇ ਵਿੱਚ ਜਦੋਂ ਇੰਡੀਆ ਆਇਆ, ਕਿ ਸਟਿਲ ਤੁਹਾਨੂੰ ਉਮੀਦ ਹੈ ਕਿ ਵੀਜ਼ੇ ਆਉਣਗੇ? ਸੋ ਮਨੀ ਜੀ, ਜਦੋਂ ਆਪਾਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਇੰਡੀਆ ਨੂੰ ਪਹਿਲਾਂ ਅਸੈਸਮੈਂਟ ਲੈਵਲ 3 'ਚ ਸੀਗਾ, 3 ਤੋਂ 2 'ਚ ਗਿਆ ਸੀਗਾ ਔਰ ਉਸ 2 ਤੋਂ ਦੁਬਾਰਾ ਅੱਜ ਵਾਪਸ 3 'ਚ ਆ ਗਿਆ। ਇਸ ਸਾਰੇ ਟਾਈਮ ਦੌਰਾਨ ਕੋਈ ਵੀ ਟਾਈਮ ਇੱਦਾਂ ਦਾ ਨਹੀਂ ਆਇਆ ਕਿ ਆਸਟ੍ਰੇਲੀਆ ਦੇ ਸਟੂਡੈਂਟ ਵੀਜ਼ਾ ਬੰਦ ਹੋ ਗਏ ਹੋਣ। ਜੇ ਤੁਸੀਂ ਰਿਕਾਰਡ ਕੱਢ ਲਓ, ਮੈਂ ਹਮੇਸ਼ਾ ਕਹਿੰਦਾ ਕਿ ਕਿਸੇ ਦੀ ਗੱਲ 'ਤੇ ਯਕੀਨ ਨਾ ਕਰੋ, ਅੱਜ ਕੱਲ੍ਹ ਹਰ ਚੀਜ਼ ਔਨਲਾਈਨ ਪਈ ਹੈ, ਹਰ ਚੀਜ਼ ਗੂਗਲ 'ਤੇ ਪਈ ਹੈ, ਹਰ ਬੰਦੇ ਕੋਲ ਸਮਾਰਟਫੋਨ ਹੈਗਾ। ਆਪਣਾ ਫੋਨ ਚੱਕੋ, ਉਹ 'ਚ ਸਰਚ ਕਰ ਲਓ ਕਿ ਆਸਟ੍ਰੇਲੀਆ ਦਾ ਇੰਟਰਨੈਸ਼ਨਲ ਸਟੂਡੈਂਟ ਦਾ ਵੀਜ਼ਾ ਇੰਡੀਆ ਤੋਂ 2017 'ਚ ਕਿੰਨਾ ਲੱਗਾ, 2018 'ਚ ਕਿੰਨਾ ਲੱਗਾ ਔਰ ਹੁਣ ਤੱਕ 2019 'ਚ ਕਿੰਨਾ ਵੀਜ਼ਾ ਲੱਗਾ। ਸੋ ਜਦੋਂ ਇਹ ਚੀਜ਼ ਤੁਸੀਂ ਚੈੱਕ ਕਰ ਲਓਗੇ, ਉਹ ਫਿਗਰਸ ਦੇਖ ਕੇ ਤੁਹਾਨੂੰ ਪਤਾ ਲੱਗ ਜਾਏਗਾ 30% ਇਨਕਰੀਜ਼ ਹੈ। ਜੇ ਪਿਛਲੇ ਸਾਲ 100 ਬੱਚਾ ਗਿਆ ਸੀ ਤਾਂ ਇਸ ਸਾਲ 130 ਬੱਚਾ ਗਿਆ। ਸੋ ਦੇਰ ਇਜ਼ ਅ ਇਨਕਰੀਜ਼, ਕੋਈ ਨੰਬਰ ਘਟੇ ਨਹੀਂ ਹੈਗੇ, ਸਿਰਫ ਇੱਕ ਤਰੀਕਾ ਹੈ ਕਿ ਕਿਹੜੇ ਕਾਲਜ, ਕਿਹੜੀ ਯੂਨੀਵਰਸਿਟੀ, ਕਿਹੜੇ ਕੋਰਸ ਦੇ ਵਿੱਚ ਬੱਚੇ ਨੇ ਜਾਣਾ, ਕਿਹੜਾ ਬੱਚਾ ਐਲੀਜੀਬਲ ਹੈ, ਕਿਹੜਾ ਬੱਚਾ ਨਹੀਂ ਐਲੀਜੀਬਲ। ਲੋਕਾਂ ਨੇ ਇਸੇ ਕਰਕੇ ਆਸਟ੍ਰੇਲੀਆ ਪ੍ਰਮੋਟ ਕਰਨਾ ਬੰਦ ਕਰਤਾ ਕਿ ਲਓ ਜੀ ਹੁਣ ਤਾਂ ਫੰਡ ਚੜਾਉਣੇ ਪੈਣੇ ਆ, ਲਓ ਜੀ ਹੁਣ ਤਾਂ ਆਹ ਕਾਗਜ਼ ਦੇਣੇ ਪੈਣੇ। ਜਿਹੜੇ ਡਾਕੂਮੈਂਟ ਦੇਣੇ ਪੈਣੇ ਆ ਉਹ ਡਾਕੂਮੈਂਟ ਦੇਣੇ ਹੀ ਪੈਣੇ ਆ। ਅੰਬੈਸੀ ਨੂੰ ਜਦੋਂ ਵੀਜ਼ਾ ਲੈਣਾ, ਉਹਦੀ ਜਿਹੜੀ
कागजी कार्रवाई वो तो पूरी करोगे, वो जी रिक्वायरमेंट है वो तो पूरी करोगे, वो सारे डॉक्यूमेंट दो कितने भी नहीं कहते कि अज तो वीजे बंद हो गए, कहते लैवल टू से लैवल थ्री करता, नो रिस्क लैस रिस्क हाई रिस्क, लैस रिस्क तो हाई रिस्क दे विच करता, बट वीज़ाज अज भी लगते हैं, रेगूलर बेसिस से वीज़ा लै रहे हैं, ऑफिस विजिट कर लो, वीजे देख लो, सैमीनार दे विच आओगे, कोशिश करांगे कि तुहानू रीसेंट वीजे उस दिन दे या एक दिन पहला दे ऑस्ट्रेलिया दे कैनेडा दे वह वीजे दिखाए जाए ताकि तुहानू पता लगे कि किसी बच्चे का की प्रोफाइल सीगा और उहदा वीजा लगा और अज की डेट च लगा जो इंडिया नू असैसमेंट लैवल थ्री दे विच पा। जी सुखनी जी एक जनरल जिहा सवाल है कनेडा नू लैके, लोगों के ना मन के एक धारणा पाई जाती है, बहुत सारे लोग सानू सवाल पूछते हैं कि बच्चे की उम्र 18 साल हजे नहीं हुई, बच्चा 17 साल का है, 18 साल का हजे 2 महीने नू या 3 महीने नू होना है, कई एजेंट जिन्होंने नहीं पता होंदा वह कह देंगे कि 18 साल का जब तक नहीं होंदा तो एडमिशन नहीं होगी। राइट, सो तुसी एक्सपर्ट हो कनेडा, बहुत सारे बच्चे भेजो, तुसी की मानते हो कि बच्चा 18 साल की उम्र से ही अप्लाई कर सकता है या जो अंडर 18 है वह भी अप्लाई कर सकता है? जे तुहाडी 16 साल उम्र हैगी, आपां कैनेडा की गल करते हैं, जे तुहाडी 16 साल उम्र हैगी है, तुसी 16 साल की उम्र च भी प्लस टू कर ली, मेरे को डॉक्यूमेंट लैओ, मैनूं कुछ नहीं चाहिए और मैं तुहाडा कैनेडा का वीज़ा लवा दांगा। सो उही चीज़ है कि जिहनूं जिहड़ी चीज़ नहीं आती वह उस चीज़ नूं मना कर दिंदा, कीड़े पा दिंदा कि भाई इदां हो नहीं सकता, आप जाओ अपने स्मार्टफोन नू यूज करो, छड़ दो थोड़ी देर ली फेसबुक व्हाट्सएप, जाओ गूगल ते जाके सर्च मारो की रिक्वायरमेंट्स ने, जे तुहाडी 18 साल उम्र नहीं हैगी की चाहिए एम्बेसी नू, वो चीज़ा दे दो तुहाडा वीज़ा लगता। बहुत वधिया सवाल मनीष जी ने पूछा, मेरी कोशिश होगी कि अगले कुछ दिनों के फेसबुक पेज ते इदां दीआं कुछ वीडियोज़ अपलोड करा जिहदे विच बच्चे की उम्र 18 साल तो घट सी और उहदा कैनेडा का वीज़ा लगा। सो एक बार फिर दर्शकों दस दी, जिहड़े दर्शक सानूं हुण जुड़े ने, ओम ग्लोबल एक बार फिर तो पंजाब दे विच और हरियाणा दे विच बहुत वड्डे पद्धर ते सैमीनार्स का सिलसिला लैके आ रहा है, सैमीनार चाहे वह कनेडा नूं लैके होवे, सैमीनार चाहे वह यूके स्टडी वीज़ा नूं लैके होवे, सैमीनार चाहे वह ऑस्ट्रेलिया स्टडी वीज़ा नूं लैके होवे, इह तिन्नां देशां दा इक कॉमन सांझा सिक्ख्या मेला सांझा सैमीनार ओम ग्लोबल वालों जिहड़ा ऑर्गेनाइज किया जा रहा है, जिथे ऑस्ट्रेलिया की जानकारी देने लई तुहानूं ऑस्ट्रेलिया तो मारा लॉयर चल के आ रहे हैं, इस तों इलावा कैनेडा वीज़ा एक्सपर्ट पुनीत खन्ना जी कैनेडा बारे जानकारी देंगे, यूके संबंधी जानकारी देने लई ओम ग्लोबल की एक्सपर्ट टीम मौके पर मौजूद होगी, तुहाडे कागज़ तुहाडे डॉक्यूमेंट्स देख के तुहानूं दस्सिया जा सकता है मौके पर कि तुसीं यूके कनेडा ऑस्ट्रेलिया जा सकते हो या नहीं जा सकते हो, सिंगल हो मैरिड हो स्पाउस लैके जाना चाहते हो या तुहाडा एक बच्चा है दो बच्चा है तुसीं नाल यूके लैके जाना चाहते हो किवें तुसीं जा सकते हो, यूके नूं लैके अज लोगों के मन में बहुत सारे सवाल है, कोई कह रहा जी स्पाउस नाल जाऊगा, कोई कह रहा नहीं जाऊगा, कोई कह रहा जी एक बच्चा जाऊगा, कोई कह रहा जी दो बच्चे भी जा सकते हैं, मौके पर आओ अगर तुसीं मैरिड हो सिंगल हो कनेडा जाना चाहते हो यूके जाना चाहते हो ऑस्ट्रेलिया जाना चाहते हो, सैमीनार की तरीक एक बार फिर तो नोट कर लो, 17 तरीक तो यह सैमीनार शुरू हो रहे हैं जी, 17 तरीक दिन एतवार जलंधर के सैमीनार करवाया जा रहा है ओम ग्लोबल के ऑफिस के जो कि बस स्टैंड के कोल है, बिल्कुल 17 तरीक दिन एतवार बस स्टैंड के कोल ओम ग्लोबल के ऑफिस के सैमीनार करवाया जा रहा 17 नवंबर को, 18 नवंबर को लुधियाना ई होटल के सैमीनार होगा, 19 नवंबर को बठिंडा के कृष्णा कॉन्टीनेंटल के सैमीनार करवाया जा रहा है, 20 नवंबर को अमृतसर के होटल बेस्ट वैसटर्न सैमीनार होगा, 21 नवंबर को चंडीगढ़ ओम ग्लोबल के 17 सैक्टर के जो ऑफिस ओम ग्लोबल का उत्थे सैमीनार करवाया जाएगा, 22 तरीक को 22 नवंबर को करनाल ऑफिस सैमीनार करवाया जाएगा। शो के तुहानूं लगता है कि कुछ चीज़ां रह गई डिस्कस करने वाली, तुसीं ओम ग्लोबल का फेसबुक पेज नूं फॉलो कर सकते हो, इसे शो नूं दोबारा देखना चाहते हो इन्हां दे फेसबुक पेज ते भी देख सकते हो, या सैमीनार दी डेट्स सैमीनार दे वेन्यू बारे कोई जानकारी चाहते हो इन्हां दे फेसबुक पेज नूं तुसीं फॉलो कर सकते हो, उत्थे सैमीनार दी डेट्स की सारी जानकारी जिहड़ी है वह मौजूद होगी। सुखनीत जी जांदे वार कोई मैसेज कुछ सुनेहा या कुछ सैमीनार बारे कोई गल करनी चाहो? देखो मैं इक्को ही मैसेज बार बार जिहड़ा दिंदा उही मैसेज अज भी दऊंगा कि एडवाइस लो, हर बंदे तो सलाह लो, हर कंसल्टेंट तो पुछो, चंगी तरह अपनी रिसर्च आप कर लो बिकॉज इट इज़ योर लाइफ, किसी भी बंदे ने जिहड़ी तुहाडी एप्लीकेशन अप्लाई करनी है उहदे लई एक केस है, तुहाडे लई तुहाडी जिंदगी है, सो किसी नूं भी अपने डॉक्यूमेंट फड़ाउण तों पहलां, किसी नूं भी अपना पासपोर्ट फड़ाउण तों पहलां, अपने अकैडमिक्स फड़ाउण तों पहलां चंगी तरह अपने लैवल ते रिसर्च कर लो कि यह बंदा जो कह रहा है वह सच है, जितों तक लगे हुए वीज़ियां दा सवाल है मैनूं नहीं लगता कि पिछले 14 साल हो गए कि उहदे लई कोई प्रूफ देने की लोड़ है कि किन्ने क वीज़ा ओम ग्लोबल ने लवा ले, जे तुसीं अपने पिंड अपने शहर देखोगे तो कितें ना कितें तुहानूं इहो जिहा जरूर बंदा लभ जाएगा जिहड़ा तुहाडे यारी दोस्ती दे विचों जिहड़ा तुहाडी रिश्तेदारी दे विचों ओम ग्लोबल दीआं सर्विसिज लै के ऑस्ट्रेलिया कैनेडा यूके सिंगापुर न्यूजीलैंड यूएसए किसी ना किसी कंट्री गया होया, बट
मैं हमेशा कहना जे एक बंदे का वीज़ा लग गया वह मतलब कभी नहीं होंगे कि तुहाडा भी लग जाएगा, और जे तुहाडा लग गया वह मतलब कभी नहीं है कि तीजे का भी लग जूगा। हर प्रोफाइल हर डॉक्यूमेंट वखरा है, हर स्टूडेंट का केस वखरा है, एम्बेसी ने हर एक डिसीजन वखरा वखरा देना है कि इहदा डिसीजन ये है तो इहदा डिसीजन ये है। सो अपने लैवल से आप रिसर्च करो, आप रिसर्च करके फिर एडवाइस लो, फिर जिथे समय लगती है उत्थे अपने डॉक्यूमेंट वो हाथ फड़ाओ जी। सो समा 30 सैकेंड का बचा, 30 सैकेंड के समय के एक बार फिर तो दस दिए कि ओम ग्लोबल वालों बहुत व्डे पद्धर से कनेडा यूके आस्ट्रेलिया के सैमीनार लैके आ रहे हैं। सैमीनार 17 तरीक तो शुरू हो गए, 17 नवंबर तो पहला सैमीनार जलंधर के, 17 नवंबर दिन एतवार पहला सैमीनार जलंधर पुनीत खन्ना जी के ओम ग्लोबल के ऑफिस के होगा, 18 तरीक न लुधियाने के होटल ए, तुसी जानकारी लई टीवी स्क्रीन ते चल नंबर ते कॉल कर सकते हो। 18 नवंबर लुधियाना सैमीनार होगा ए होटल दे विच, 19 तरीक नूं बठिंडे सैमीनार होगा कृष्णा कॉन्टीनेंटल दे विच, 20 तरीक नूं अमृतसर सैमीनार हो रहा बेस्ट वैस्टर्न दे विच, 21 तरीक चंडीगढ़ ऑफिस में सैमीनार होगा जो कि सैक्टर 17 दे विच, 22 तरीक नूं करनाल ऑफिस सैमीनार होगा। इन्हां सैमीनार बारे ज़्यादा जानकारी चाहते हो तो 9161-9167 नंबर पर कॉल कर सकते हो। ओम ग्लोबल कोलों कोई भी सर्विस चाहते हो 9161-9167 नंबर पर कॉल करो, अपनी सीट्स बुक कर लो, ओरिजिनल डॉक्यूमेंट्स लैके आओ, अपने पेरेंट्स नूं मौके पर लैके आओ, रिफ्यूज़ होए हो पहला तो रिफ्यूजल लैटर लैके मौके पर आओ। चैलेंज आ एक बार दो बार चार बार रिफ्यूज भी हो तो भी तुहाडा वीज़ा लगवा के दिता जाऊगा, क्योंकि ओम ग्लोबल जिहड़े ऑलरेडी रिफ्यूज केस ने इन्हां कोल आउंदे ने तां उहनां दे वीज़ा दे विच तब्दील करवाउंदे ने उहनां दे, क्योंकि एक्सपर्ट टीम आ जो भी कमियां रहियां हुंदियां ने रिफ्यूजल दे विच उहनूं दूर करके वीज़ा अपलाई हुंदा और वीज़े लैंदे ने। सिंगल हो मैरिड हो स्पाउस केस अपलाई करना चाहुंदे हो ओम ग्लोबल राहीं इन्हां सैमीनार्स विच आके अपलाई कर सकदे हो। फिलहाल जा चाहुंदे पुनीत खन्ना जी, बहुत बहुत शुक्रिया करदा, शुक्रिया जी। My name is Shivangi Thakur. I am from Hoshiarpur. I have given my IELTS test. I have scored 6 bands in it and I have got one half band less in reading. That was 5 and I was not eligible to give file in Canadian embassy, but Om Global has given my file to Canadian embassy and I was feeling my very happy and my dream comes true and my family. And special thanks to Mr. Puneet Khanna and Jagdeep sir and Neha ma'am. ਸਤਿ ਸ਼੍ਰੀ ਅਕਾਲ ਜੀ ਸਾਰਿਆਂ ਦਾ ਜੀ, ਅਤੇ ਮੈਂ ਆਪਣਾ ਕੈਨੇਡਾ ਵਾਸਤੇ ਵੀਜ਼ਾ ਅਪਲਾਈ ਕਰਨਾ ਸੀਗਾ, ਅਤੇ ਮੈਂ ਇੱਦਾਂ ਹੀ ਪਤਾ ਕਰਦਾ ਸੀਗਾ, ਮੇਰੇ ਫਰੈਂਡ ਨੇ ਕਦੇ ਮੈਨੂੰ ਸਲਾਹ ਦਿੱਤੀ, ਉਹਨਾਂ ਆਸਟ੍ਰੇਲੀਆ ਦਾ ਵੀਜ਼ਾ ਓਮ ਗਲੋਬਲ ਆਉਣਿਆਂ ਤੋਂ ਹੋਇਆ ਸੀਗਾ, ਮਲਟੀਪਲ ਫੈਮਿਲੀ, ਉਹਨਾਂ ਨੇ ਕਿਹਾ ਕਿ ਓਮ ਗਲੋਬਲ ਆਉਣੇ ਕੋਲ ਜਾਓ, ਅਤੇ ਮੈਂ ਇਹਨਾਂ ਕੋਲ ਆਇਆ ਆਪਣੀ ਫੈਮਿਲੀ ਦੇ ਪਾਸਪੋਰਟ ਲੈ ਕੇ, ਅਤੇ ਇਹਨਾਂ ਨੇ ਵਧੀਆ ਗਾਈਡੈਂਸ ਦਿੱਤੀ ਮੈਨੂੰ, ਅਤੇ ਮੈਂ ਇਹਨਾਂ ਡਾਕੂਮੈਂਟ ਦਿੱਤੇ, ਇਹਨਾਂ ਨੇ ਮੇਰਾ ਅਪਲਾਈ ਕਰਤਾ ਅਤੇ ਮੇਰਾ 15 ਦਿਨ ਬਾਅਦ ਵੀਜ਼ਾ ਆ ਗਿਆ, 10 ਸਾਲ ਦਾ ਮਲਟੀਪਲ ਵੀਜ਼ਾ ਹੁੰਦਾ ਹੈ। ਇਹ ਮੇਰਾ ਵੀਜ਼ਾ ਜੀ, ਮੇਰੀ ਵਾਈਫ ਦਾ ਵੀਜ਼ਾ ਲੱਗਿਆ ਜੀ, ਇਹ ਮੇਰੀ ਬੇਟੀ ਦਾ ਵੀਜ਼ਾ ਲੱਗਿਆ ਹੋਇਆ ਜੀ, ਅਤੇ ਪਹਿਲਾਂ ਮੇਰਾ 2 ਵਾਰੀ ਅਮੈਰੀਕਾ ਤੋਂ ਰਿਫਿਊਜ਼ਲ ਹੋ ਚੁੱਕਿਆ ਸੀਗਾ, ਅਤੇ ਉਮੀਦ ਨਹੀਂ ਸੀ ਕਿ ਵੀਜ਼ਾ ਲੱਗ ਜੂਗਾ, ਅਤੇ ਗਲੋਬਲ ਵਾਲਿਆਂ ਨੇ ਵਧੀਆ ਢੰਗ ਨਾਲ ਫਾਈਲ ਤਿਆਰ ਕਰਕੇ ਅਪਲਾਈ ਕੀਤਾ, ਮੇਰਾ ਵੀਜ਼ਾ ਆ ਗਿਆ 15 ਦਿਨ ਦੇ ਵਿੱਚ। ਮੈਂ ਇਹਨਾਂ ਦਾ ਬਹੁਤ ਬਹੁਤ ਸ਼ੁਕਰ ਗੁਜ਼ਾਰ ਹਾਂ ਕਿ ਮੇਰਾ ਵੀਜ਼ਾ ਲਵਾਇਆ, ਅਤੇ ਤੁਸੀਂ ਸਾਰੇ ਅੱਗੇ ਨੂੰ ਓਮ ਗਲੋਬਲ ਇੱਕ ਵਾਰੀ ਆ ਕੇ ਜ਼ਰੂਰ ਵਿਜ਼ਿਟ ਕਰਨਾ। ਥੈਂਕ ਯੂ, ਧੰਨਵਾਦ।